ਉੱਘੇ ਨਾਟਕਕਾਰ ਅਤੇ ਮਾਲਵੇ ਦੇ ਲੋਕ ਨਾਇਕ ਵਜੋਂ ਜਾਣੇ ਜਾਂਦੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਅਚਾਨਕ ਇਸ ਫਾਨੀ ਜਗਤ ਨੂੰ ਅਲਵਿਦਾ ਕਹੇ ਜਾਣ ਦੇ ਸਦਮੇ ਤੋਂ ਅਜੇ ਪੰਜਾਬੀ ਸਾਹਿਤ ਜਗਤ ਉਭਰਿਆ ਹੀ ਵੀ ਨਹੀਂ ਸੀ ਕਿ ਇੱਕ ਹੋਰ ਖਬਰ ਨੇ ਦਿਲ ਤੋੜ ਦਿੱਤਾ ਹੈ। ਉੱਘੇ ਸ਼ਾਇਰ, ਨਾਵਲਕਾਰ, ਕਵੀਸ਼ਰ ਅਤੇ ਵਾਰਤਕ ਲੇਖਕ ਇਕਬਾਲ ਸਿੰਘ ਰਾਮੂ ਵਾਲਿਆਂ ਦਾ ਟੋਰਾਂਟੋ ਵਿਖੇ ਦੇਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ ਅਤੇ ਬੀਤੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸਨ। ਉਹਨਾਂ ਦੇ ਟੋਰਾਂਟੋ ਵਿੱਚ ਹਸਪਤਾਲ ਵਿੱਚ ਆਖਰੀ ਸਾਹ ਲਏ ਨੇ। ਇਕਬਾਲ ਸਿੰਘ ਰਾਮੂ ਵਾਲਿਆਂ ਨੇ ਜਿੱਥੇ ਪੰਜਾਬੀ ਵਿੱਚ ਨਾਵਲ ਅਤੇ ਸਾਹਿਤਕ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਵਿੱਚ ਪਾਈਆਂ ਨੇ, ਉੱਥੇ ਹੀ ਕੁਝ ਇੱਕ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਲਿਖੀਆਂ ਨੇ। ਜਿੱਥੇ ਉਹਨਾਂ ਨੇ ਆਪਣੇ ਸਵੈ ਜੀਵਨੀ ਦੋ ਭਾਗਾਂ ਵਿੱਚ ਲਿਖੀ ਹੋਈ ਹੈ, ਉਹ ਲੰਬਾ ਸਮਾਂ ਕੈਨੇਡਾ ਵਿੱਚ ਅੰਗਰੇਜ਼ੀ ਦੇ ਅਧਿਆਪਕ ਵੀ ਰਹੇ। ਉਹਨਾਂ ਦੀ ਮੌਤ ਉੱਤੇ ਸਾਹਿਤ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।